ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਖਾਂਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਈ ਹਾਈਵੇ ਬੈਨੀਫਿਟਸ ਭਾਰਤ ਦੇ ਵਿੱਚ ਬਣ ਜਾ ਰਿਹਾ ਪਹਿਲਾ ਇਲੈਕਟ੍ਰਿਕ ਹਾਈਵੇ ਵਾਹਨ ਮਾਲਕਾਂ ਨੂੰ ਮਿਲੇਗੀ ਅਤੇ ਇਹ ਆਧੁਨਿਕ ਸੁਵਿਧਾ ਆਲੀ ਦੇ ਵਿੱਚ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਐਲਾਨ ਕੀਤਾ ਕਿ ਦੇਸ਼ ਦਾ ਪਹਿਲਾ ਹਾਈਵੇ ਦਿੱਲੀ ਅਤੇ ਮੁੰਬਈ ਦੇ ਵਿਚਕਾਰ ਬਣਾਇਆ ਜਾਵੇਗਾ ਹਾਈਵੇ ਨੂੰ ਦਿੱਲੀ ਮੁੰਬਈ ਐਕਸਪ੍ਰੈਸ ਵੇ ਦੇ ਨਾਲ ਨਵੀਂ ਲੇਨ ਤੇ ਬਣਾਇਆ ਜਾ ਰਿਹਾ ਹੈ ਤੇ ਜਦੋਂ ਇਹ ਕੋਸ਼ਿਸ਼ ਨਾ ਕੀਤੀ ਗਈ ਤਾਂ ਲੋਕ ਇਲੈਕਟ੍ਰਿਕ ਹਾਈਵੇ ਤੇ ਉਪਲਬਧ ਲਾਭਾਂ ਦੀਆਂ ਸਹੂਲਤਾਂ ਬਾਰੇ ਜਾਨਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਲੈਕਟ੍ਰਿਕ ਹਾਈਵੇ ਪੂਰੀ ਤਰ੍ਹਾਂ ਇਲੈਕਟ੍ਰਿਕ ਹੋਵੇਗਾ ਪੂਰੇ ਹਾਈਵੇ ਤੇ ਤਾਰਾ ਵਿਸ਼ਾਈਆਂ ਜਾਣੀਆਂ ਜੋ ਇਸ ਹਾਈਵੇ ਤੇ ਬਿਜਲੀ ਦੀ ਕੋਈ ਕਮੀਨਾ ਰਹੇ ਇਸ ਦੇ ਵਿੱਚ ਸਿਰਫ ਇਲੈਕਟ੍ਰਿਕ ਵਾਹਨ ਹੀ ਚੱਲਣਗੇ ਸਰਕਾਰ ਇਸ ਦੇ ਲਈ 스웨ਡੀਸ਼ ਕੰਪਨੀ ਨਾਲ ਗੱਲ ਕਰ ਰਹੀ ਹੈ ਪੂਰੀ ਤਰ੍ਹਾਂ ਤਿਆਰ ਹੋਣ ਤੋਂ ਬਾਅਦ ਪਹਿਲਾ ਈ ਹਾਈਵੇ ਹੋਵੇਗਾ ਇਹ ਹਾਈਵੇ ਤੁਸੀਂ ਕਿਰਾਏ ਤੇ ਲੈ ਸਕਦੇ ਹੋ ਐਮਰਜੈਂਸੀ ਸਹੂਲਤ 24 ਘੰਟੇ ਉਪਲਬਧ ਹੋਏਗੀ ਜੀਓਫੈਂਸਿੰਗ ਸੇਵਾ ਨਾਲ ਲੈਸ ਹੋਏਗਾ ਇਹ ਹਾਈਵੇ ਤੇ ਵਾਹਨਾਂ ਦੀ ਚੋਰੀ ਦਾ ਡਰ ਨਾ ਮਾਤ ਰਹੇਗਾ ਵਾਹਨਾਂ ਦੀ ਆਵਾਜਾਈ ਤੇ ਹੋਣ ਵਾਲੇ ਖਰਚੇ ਤੇ ਪਾਰੀ ਕਮੀ ਆਵੇਗੀ ਬੈਟਰੀ ਸਵਾਪਿੰਗ ਨੀਤੀ ਲਾਗੂ ਹੋਵੇਗੀ ਤੇ ਬਾਅਦ ਚੋਂ ਬੈਟਰੀ ਬਦਲਣ ਵਾਲੀ ਮਸ਼ੀਨ ਦੀ ਸਹੂਲਤ ਵੀ ਵਾਖ ਵਖ ਥਾਵਾਂ ਤੇ ਹੋਵੇਗੀ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਦਫ਼ਤਰਾਂ ਤੇ ਘਰਾਂ ਚੋਂ ਲਾਏ ਜਾਣਗੇ 스마트 ਮੀਟਰ 15 ਸਤੰਬਰ ਤੱਕ ਦੀ ਡੈਡਲਾਈਨ ਪੰਜਾਬ ਦੇ ਵਿੱਚ ਬਿਜਲੀ ਦੀ ਚੋਰੀ ਨੂੰ ਰੋਕਣ ਦੇ ਲਈ ਪਾਵਰ ਕਮ ਨੇ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਆ ਪਿਛਲੇ ਕਈ ਸਾਲਾਂ ਤੋਂ 스마트 ਮੀਟਰ ਲਾਉਣ ਦੇ ਲਈ ਚੱਲ ਰਹੀ ਯੋਜਨਾ ਨੂੰ ਲਾਗੂ ਕਰਨ ਦੇ ਲਈ ਆਮਲੀ ਜਾਮਾ ਪਹਿਨਾਇਆ ਜਾ ਰਿਹਾ ਦੀ ਪਾਵਰ ਕਮ ਨੇ ਪਹਿਲੇ ਪੜਾਅ ਦੇ ਵਿੱਚ 스마트 ਮੀਟਰ ਲਾਉਣ ਦੀ ਤਿਆਰੀ ਕਰ ਲਈ ਹੈ ਇਸ ਦੇ ਤਹਿਤ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਦਫ਼ਤਰਾਂ ਅਤੇ ਘਰਾਂ ਦੇ ਵਿੱਚ 스마트 ਮੀਟਰ ਲਾਏ ਜਾਣਗੇ ਹਰ ਵਾਰ ਲੋਕ ਸ਼ਿਕਾਇਤਾਂ ਕਰਦੇ ਨੇ ਸਰਕਾਰ ਵੱਲੋਂ ਹਰ ਸਕੀਮ ਲਾਗੂ ਕੀਤੀ ਜਾਂਦੀ ਹੈ ਇਸ ਕਾਰਨ ਪਹਿਲਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਲਾਇਆ ਜਾਵੇਗਾ ਇਸ ਸੰਬੰਧੀ ਪਾਵਰ ਕਾਮ ਦੇ ਅਧਿਕਾਰੀਆਂ ਵੱਲੋਂ ਦੋ ਦਿਨ ਪਹਿਲਾਂ ਵੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਪੱਛਮੀ ਜ਼ੋਨ ਦੇ ਚੀਫ ਇੰਜੀਨੀਅਰ ਨੇ ਆਦੇਸ਼ ਦਿੱਤਾ ਕਿ ਬਠਿੰਡਾ ਦੀਨਪੰਦੇ ਸਰਕਾਰੀ ਦਫ਼ਤਰਾਂ ਨਿਗਮ ਦਫ਼ਤਰਾਂ ਸਰਕਾਰੀ ਕੁਆਰਟਰਾਂ ਦੇ ਸਰਕਾਰੀ ਮੁਲਾਜ਼ਮਾਂ ਦੇ ਘਰਾਂ ਵਿੱਚੋਂ ਪੈਦ ਦੇ ਆਧਾਰ ਤੇ 스마트 ਮੀਟਰ ਲਾਏ ਜਾਣ ਇਹ ਕੰਮ 15 ਸਤੰਬਰ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਨੇ ਵੱਡੀ ਖਬਰ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪਤਨੀ ਦੀ ਦੇਖਭਾਲ ਕਰਨਾ ਕਾਨੂੰਨੀ ਤੌਰ ਤੇ ਪਤੀ ਦੀ ਜ਼ਿੰਮੇਵਾਰੀ ਐਸੀ ਨੇ ਖਾਰਜ ਕੀਤੀ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਆਹ ਦੇ ਵਿਵਾਦ ਦਾ ਫੈਸਲਾ ਸਨ ਆਉਂਦੇ ਹੋਏ ਕਿਹਾ ਹੈ ਕਿ ਪਤਨੀ ਨੂੰ ਉਸੇ ਤਰ੍ਹਾਂ ਦੇ ਜੀਵਨ ਪੱਧਰ ਤੇ ਰਹਿਣ ਦਾ ਅਧਿਕਾਰ ਹੈ ਜਿਸ ਲਿਵਿੰਗ ਸਟੈਂਡਰਡ ਨਾਲ ਉਹ ਆਪਣੇ ਪਤੀ ਨਾਲ ਰਹਿ ਰਹੀ ਸੀ ਦਰਅਸਲ ਪਟੀਸ਼ਨ ਕਰਤਾ ਪਤਨੀ ਨੇ ਹਾਈਵੇ ਹਾਈ ਕੋਰਟ ਤੋਂ ਫੈਮਿਲੀ ਕੋਰਟ ਦੇ ਉਸ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਜਿਸ ਦੇ ਵਿੱਚ ਪਤਨੀ ਨੂੰ 3000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਪਤਾ ਦੇਣ ਦੇ ਲਈ ਕਿਹਾ ਗਿਆ ਸੀ ਪਟੀਸ਼ਨਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਫੈਮਿਲੀ ਕੋਰਟ ਦਾ ਇਹ ਫੈਸਲਾ ਸਹੀ ਨਹੀਂ ਹੈ ਹਾਲਾਂਕਿ ਜਸਟਿਸ ਸਰਦੇਸ਼ ਭਾਰਤਵਾਦ ਦੀ ਬੈਂਚ ਨੇ ਪਟੀਸ਼ਨਰ ਪਤੀ ਦੀ ਪਟੀਸ਼ਨ ਨੂੰ ਰੱਦ ਕਰਦਾ ਗਿਆ ਕਿ ਪਤਨੀ ਉਸੇ ਤਰ੍ਹਾਂ ਦੇ ਜੀਵਨ ਪੱਧਰ ਦੀ ਹੱਕਦਾਰ ਹੈ ਜਿਸ ਤਰ੍ਹਾਂ ਉਹ ਆਪਣੇ ਪਤੀ ਦੇ ਨਾਲ ਰਹਿ ਰਹੀ ਹੈ ਮਸ਼ਹੂਰ ਰੈਪਰ ਹਾਨੀ ਸਿੰਘ ਦੀਆਂ ਵੱਡੀਆਂ ਮੁਸ਼ਕਲਾਂ ਚੰਡੀਗੜ੍ਹ ਦੇ ਵਿੱਚ ਹਾਨੀ ਸਿੰਘ ਦੇ ਖਿਲਾਫ ਐਸਐਸਪੀ ਕੋਲੇ ਸ਼ਿਕਾਇਤ ਦਰਜ ਕਰਵਾਈ ਗਈ ਆ ਉਸ ਦੇ ਗੀਤ 25 ਪਿੰਡਾਂ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਜੀ ਗੀ ਤੌਰਤਾਂ ਦੇ ਖਿਲਾਫ ਗਲਤ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਇਤਰਾਜ਼ ਜਤਾਉਂਦੇ ਹੋਏ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਜੀ ਹਣੀ ਸਿੰਘ ਦੇ ਨਾਲ ਨਾਲ ਉਹਨਾਂ ਦੇ ਮੈਨੇਜਰ ਅਤੇ ਕਰੂ ਮੈਂਬਰਾਂ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਅਗਲੇ 2 ਦਿਨਾਂ ਤੱਕ ਹੋਵੇਗੀ ਪਾਰੀਬਾਰਚ ਇਹਨਾਂ ਸੂਬਿਆਂ ਚੋਂ ਅੱਡ ਜਾਰੀ ਸਤੰਬਰ ਮਹੀਨਾ ਸ਼ੁਰੂ ਹੋ ਗਿਆ ਜੇ ਵੀ ਮੌਸਮ ਦੇ ਵਿੱਚ ਵਕ-ਵਕ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਇੱਕ ਪਾਸੇ ਜਿੱਥੇ ਪੰਜਾਬ ਵਰਗੇ ਸੂਬੇ ਚ ਮਾਨਸੂਨ ਸੀਜ਼ਨ ਦੁਰਾਨ 60 ਫੀਸਦੀ ਘਟਮੀ ਪਿਆ ਉੱਥੇ ਹੀ ਮਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੇ ਕਈ ਸੂਬਿਆਂ 'ਚ ਹੜ੍ਹਾਂ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਮੌਸਮ ਵਿਭਾਗ ਨੇ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਪਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਸੂਬਿਆਂ ਦੇ ਵਿੱਚ ਮੀਂਹ ਦਾ ਲੱਡ ਜਾਰੀ ਕੀਤਾ ਜਿਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਗਰਮੀ ਦੇ ਅਸਾਰ ਵਧਣਗੇ ਜਦੋਂ ਕਿ ਉੱਤਰੀ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਹਾਲੇ ਵੀ ਲੋਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਨੇ ਪੰਜਾਬ ਦੇ ਵਿੱਚ ਮਾਨਸੂਨ ਫਿਰ ਤੋਂ ਸਰਗਰਮ ਹੋਵੇਗਾ ਅੱਜ ਅਤੇ ਕੱਲ ਪੰਜਾਬ ਦੇ ਲੋਕਾਂ ਨੂੰ ਮੀਂਹ ਦੇ ਨਜ਼ਾਰੇ ਵੇਖਣ ਨੂੰ ਮਿਲਣਗੇ ਮੌਸਮ ਵਿਭਾਗ ਦੇ ਅਨੁਸਾਰ ਦੋ ਦਿਨਾਂ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਪਾਰੀ ਮੀਂਹ ਦੀ ਸੰਭਾਵਨਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪੰਜਾਬ ਚ ਹਸ਼ਿਆਰਪੁਰ ਪਠਾਨਕੋੜ ਕਪੂਰਥਲਾ ਜਲੰਧਰ ਲੁਧਿਆਣਾ ਅੰਮ੍ਰਿਤਸਰ ਰੋਪੜ ਤੇ ਪਟਿਆਲਾ ਦੇ ਵਿੱਚ ਹਲਕੀ ਤੋਂ ਪਾਰੀ بارش ਹੋ ਸਕਦੀ ਹੈ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ਦੇ ਵਿੱਚ ਦੇਹਾਂਤ ਹੋ ਗਿਆ ਪਾਲਕਰ ਦੇ ਐਸਪੀ ਨੇ ਹਾਦਸੇਚ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਚਾਰਜ ਲਾਈ 1989 ਨੂੰ ਹੋਇਆ ਸੀ 28 ਦਸੰਬਰ 2012 ਨੂੰ ਉਹ ਟਾਟਾ ਸਮੂਹ ਦੇ ਚੇਅਰਮੈਨ ਬਣੇ ਸੀ ਟਾਟਾ ਗਰੁੱਪ ਨੇ 24 ਅਕਤੂਬਰ 2016 ਨੂੰ ਸਾਇਰ ਸਮਿਸਤਰੀ ਨੂੰ ਚੇਅਰਮੈਨ ਦੇ ਹੌਦ ਦੇ ਤੋਂ ਹਟਾ ਦਿੱਤਾ ਹੈ ਜੀ ਹਾਦਸਾ ਸਵਾ 3 ਵਜੇ ਵਾਪਰਿਆ ਮਿਸਤਰੀ ਅਹਮਦਾਬਾਦ ਤੋਂ ਮੁੰਬਈ ਜਾ ਰਹੇ ਸਨ ਉਹਨਾਂ ਦੀ ਕਾਰ ਸੂਰੀਆ ਨਦੀ ਤੇ ਬਣੇ ਪੁਲ ਦੇ ਡਿਵਾਈਡਰ ਨਾਲ ਟਕਰਾ ਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ ਦੇ ਟੁਕੜੇ ਟੁਕੜੇ ਹੋ ਗਏ सीएम भगवंत मान ਦਾ ਵੱਡਾ ਐਕਸ਼ਨ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਜੀ ਸੰਗਰੂਰ ਲੁਧਿਆਣਾ ਰੋਡ ਦੇ ਉੱਪਰ ਦੋਵੇਂ ਟੋਲ ਪਲਾਜ਼ੇ ਰਾਤ 12 ਵਜੇ ਤੋਂ ਬੰਦ ਹੋ ਜਾਣਗੇ ਇੱਕ ਟੋਲ ਪਲਾਜ਼ਾ ਲੱड्डा ਤੇ ਦੂਜਾ ਅਹਿਮਦਗੜ ਦੇ ਕੋਲ ਹੈ ਜਿਸ ਦੇ ਨਾਲ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਉਹਨਾਂ ਨੇ ਕਿਹਾ ਜੀ ਇਸ ਤੋਂ ਪਹਿਲਾਂ ਕੋਈ ਵੀ ਮੁੱਖ ਮੰਤਰੀ ਟੋਲ ਪਲਾਜ਼ਾ ਤੇ ਨਹੀਂ ਆਇਆ ਹੋਵੇਗਾ ਅਸੀਂ ਕਮਰੇ ਚ ਬੈਠ ਕੇ ਸਾਈਨ ਕਰ ਦਿੱਤੇ ਜਾਂਦੇ ਸੀ ਉਹਨਾਂ ਨੇ ਕਿਹਾ ਸੜਕਾਂ ਦੇ ਪ੍ਰੋਜੈਕਟ ਪੂਰੇ ਹੋਣ ਮਗਰੋਂ ਪੈਸਾ ਇਕਾਠਾ ਕਰਨ ਦੇ ਲਈ ਨਿਸ਼ਚਿਤ ਸਮੇਂ ਲਈ ਟੂਲ ਪਲਾਜੇ ਲਾਏ ਜਾਂਦੇ ਨੇ ਉਹਨਾਂ ਨੇ ਕਿਹਾ ਜੇ ਅਸੀਂ ਕਾਰ ਲੈਂਦੇ ਸਮੇਂ ਰੂਟ ਟੈਕਸ ਦੀ ਗੱਲ ਦਾ ਭਰਦੇ ਹਾਂ ਫਿਰ ਸਾਨੂੰ ਟੂਲ ਦੇਣਾ ਪੈਂਦਾ ਜੇ 5 ਸਤੰਬਰ 2015 ਤੋਂ ਸ਼ੁਰੂ ਹੋਇਆ ਟੂਲ ਪਲਾਜਾ ਅੱਜ ਰਾਤੀ 12 ਮதே 7 ਸਾਲ ਪੂਰੇ ਹੋ ਜਾਣਗੇ ਟੂਲ ਪਲਾਜੇ ਵਾਲੇ 6 ਮਹੀਨੇ ਦੇਵਾਦੇ ਜਾਂ 5 ਕਰੋੜ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਉਹਨਾਂ ਨੇ ਕਿਹਾ ਜੇਕਰ ਕੇਂਦਰ ਸਰਕਾਰ ਵੱਲੋਂ ਗਲਤ ਕਾਨੂੰਨ ਬਣਾਏ ਜਾਂਦੇ ਤਾਂ ਸੂਬੇ ਦੇ ਲੋਕ ਉਸ ਦਾ ਖਮਿਆਜਾ ਕਿਉਂ ਭੁਗਤਣ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦਾ ਇੱਕ ਪੈਸਾ ਵੀ ਲੁੱਟਣ ਨਹੀਂ ਦਿੱਤਾ ਜਾਵੇਗਾ ਵਿਆਦ ਸਮੇਤ ਵਾਪਸ ਕੀਤਾ ਜਾਵੇਗਾ 2029 ਤੱਕ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਨ ਦੇ ਰਾਹ ਉੱਤੇ ਭਾਰਤ ਭਾਰਤੀ ਅਰਥ ਵਿਵਸਥਾ 2029 ਤੱਕ ਤੀਜੀ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਸਕਦੀ ਆ ਐਸਬੀਆਈ ਇਕੋ ਰੈਪ ਦੀ ਰਿਪੋਰਟ ਦੇ ਵਿੱਚ ਅਜਿਹਾ ਅਨੁਮਾਨ ਪ੍ਰਗਟ ਕੀਤਾ ਗਿਆ ਜੀ ਭਾਰਤ 2014 ਤੋਂ ਬਾਅਦ ਇੱਕ ਵੱਡੇ ਢਾਂਚਾਗਠ ਬਤਲਾ ਦੇ ਵਿੱਚੋਂ ਲੰਘਿਆ ਹੈ ਤੇ ਹੁਣ ਪੰਜਵੀਂ ਵੱਡੀ ਅਰਥ ਵਿਵਸਥਾ ਹੈ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ 2014 ਤੋਂ ਦੇਸ਼ ਦੁਆਰਾ ਬਣਾਏ ਗਏ ਮਾਰਗਾਂ ਦੇ ਕਾਰਨ ਭਾਰਤ 2029 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਉਮੀਦ ਹੈ ਤੇ ਭਾਰਤ ਦੇ ਸਰਲ ਕੇਲੂ ਉਤਪਾਦ ਦਾ ਹਿੱਸਾ ਜੀਡੀਪੀ 'ਚ 3.5% ਹੈ 2014 'ਚ 2.6% ਸੀ ਤੇ 2027 'ਚ ਗਲੋਬਲ ਸਰਲ ਕੇਲੂ ਉਤਪਾਦ ਜੀਡੀਪੀ ਜਰਮਨੀ ਦੇ ਮੌਜੂਦਾ ਹਿੱਸੇ ਨੂੰ ਪਾਰ ਕਰ ਸਕਦਾ ਹੈ ਹੁਣ ਪੰਜਵੇਂ ਸਭ ਤੋਂ ਵੱਡੀ ਭਾਰਤ ਅਰਥ ਵਿਵਸਥਾ ਦਿਲਚਸਪ ਗੱਲ ਹੈ ਕਿ ਭਾਰਤ ਨੇ ਦਸੰਬਰ 2021 ਦੇ ਸ਼ੁਰੂ ਵਿੱਚ ਯੂਕੇ ਨੂੰ ਪੰਜਵੇਂ ਸਭ ਤੋਂ ਵੱਡੀ ਅਰਥ ਵਿਵਸਥਾ ਦੇ ਰੂਪ ਵਿੱਚ ਪ੍ਰਸ਼ਾੜ ਦਿੱਤਾ ਹੈ ਨਾ ਹਾਲ ਹੀ ਦੇ ਵਿੱਚ ਜਿਨ੍ਹਾਂ ਦਾਵਾ ਕੀਤਾ ਜਾ ਰਿਹਾ ਸੀ ਪੰਜਾਬ ਸਰਕਾਰ ਨੂੰ ਲੱਗਾ 10 ਲੱਖ ਰੁਪਏ ਦਾ ਜੁਰਮਾਨਾ ਚੰਡੀਗੜ੍ਹ ਖਫਤਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਖਿਲਾਫ ਸ਼ਿਕਾਇਤ ਸੁਣਵਾਈ ਕਰਦੇ ਹੋ 10 ਲੱਖ ਰੁਪਏ ਦਾ ਜੁਰਮਾਨਾ ਲਾਇਆ ਸੈਕਟਰ 46 ਨਵਾਸੀ ਅੰਛਲ ਮੋਂਗਾ ਨੇ ਪੰਜਾਬ ਸਰਕਾਰ ਦੇ ਖਿਲਾਫ ਕਾਫਤਕਾਰ ਮਨੀਸ਼ ਕਮਿਸ਼ਨ ਕੋਲੇ ਸ਼ਿਕਾਇਤ ਦਿੱਤੀ ਸੀ ਅਦਾਲਤ ਨੇ ਪੰਜਾਬ ਸਰਕਾਰ ਅਤੇ ਫਾਜ਼ਿਲਕਾ ਇੰਪਰੂਵਮੈਂਟ ٹرسٹ ਨੂੰ 921476 ਰੁਪਏ 9% ਦੀ ਵਿਆਜ ਮੇਤ 29 ਦਸੰਬਰ 2023 ਨੂੰ ਸ਼ਿਕਾਇਤ ਦਰਜ ਹੋਣ ਤੱਕ ਅਦਾ ਕਰਨ ਦੇ ਹੁਕਮ ਦਿੱਤੇ ਨੇ ਇਸ ਤੋਂ ਇਲਾਵਾ 1 ਲੱਖ ਰੁਪਏ ਹਰਜਾਨਾ ਦਾ ਕਰਨ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਮਾਨਸਿਕ ਪਰੇਸ਼ਾਨੀ ਅਤੇ ਸ਼ੋਸ਼ਣ ਦਾ ਸਾਹਮਣਾ ਕਰਨਾ ਪਏ ਇਸ ਲਈ ਸਰਕਾਰ ਨੂੰ ਅਦਾਲਤੀ ਖਰਚੇ ਵੱਧ ਤੋਂ 30000 ਰੁਪਏ ਦਾ ਕਰਨੇ ਪੈਣਗੇ ਆਮਦਨ ਵਧਾਉਣ ਲਈ ਪੰਜਾਬ ਸਰਕਾਰ ਵਿੱਚ ਇੱਕੀ ਮਾਰਕੀਟ ਕਮੇਟੀ ਦੀਆਂ ਜਾਇਦਾਦਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੈਸੇ ਇਕੱਠੇ ਕਰਨ ਲਈ ਮਾਰਕੀਟ ਦੀਆਂ ਜਾਇਦਾਦਾਂ ਵੇਚੇਗੀ ਸੂਬੇ ਦੇ ਵੱਖ-ਵੱਖ ਮਾਰਕੀਟ ਕਮੇਟੀਆਂ ਨੂੰ 1200 ਕਰੋੜ ਰੁਪਏ ਤੋਂ ਵੱਧ ਦੀਆਂ ਜ਼ਮੀਨਾਂ ਜਿਹੀਂਆਂ ਪਈਆਂ ਨੇ ਜਿਨ੍ਹਾਂ ਤੇ ਬੂਥ ਦੁਕਾਨਾਂ ਸ਼ੋਰੂਮ ਬਣਾਉਣਾ ਪਹਿਲਾਂ ਤੋਂ ਤੈਂ ਬੀਤੇ 20 ਸਾਲਾਂ ਤੋਂ ਮਾਰਕੀਟ ਕਮੇਟੀ ਦੀਆਂ ਇਹ ਜ਼ਮੀਨਾਂ ਕਿਸੇ ਇਸੇ ਤਰ੍ਹਾਂ ਹੀ ਪਈਆਂ ਨੇ ਵਪਾਰੀ ਆਦ ਇਸ ਜ਼ਮੀਨ ਨੂੰ ਖਰੀਦਣ ਦੀ ਤਿਆਰ ਨੇ ਪਰ ਸਰਕਾਰ ਨੂੰ ਵੇਚਣ ਦਾ ਸਮਾਂ ਨਹੀਂ ਘੜ ਸਕੀ 20 ਸਾਲ ਪਹਿਲਾਂ ਪੰਜਾਬ ਦੀ ਸਰਕਾਰ ਨੇ ਵਪਾਰੀਆਂ ਦੀ ਮੰਗ ਤੇ ਲੋੜ ਨੂੰ ਦੇਖਦਿਆਂ ਸੂਬੇ ਦੀਆਂ 154 ਮਾਰਕੀਟ ਕਮੇਟੀਆਂ ਚ ਵਪਾਰਕ ਕਮਾਂ ਲਈ ਪਲਾਂਟ ਕੱਟੇ ਸਨ ਨਿਲਾਮੀ ਰਾਹੀਂ ਵਿੱਚ ਜਾਣ ਵਾਲੇ ਇਹਨਾਂ ਪਲਾਂਟਾਂ ਦੀ ਕੀਮਤ ਮਾਰਕੀਟ ਕਮੇਟੀ ਦੇ ਮੁਤਾਬਕ ਸੀ ਵੱਡੇ ਪਲਾਂਟਾਂ ਦੀ ਕੀਮਤ ਕਰੋੜਾਂ ਚ ਸੀ ਮੰਡੀਆਂ ਦੀ ਕੀਮਤ ਲੱਖਾਂ ਚ ਸੀ ਮਾਰਕੀਟ ਕਮੇਟੀ ਨੇ ਇਹ ਕਮਰਸ਼ੀਅਲ ਪਲਾਂਟ ਇਸੇ ਤਰ੍ਹਾਂ ਹੀ ਪਏ ਨੇ ਜ਼ਿਆਦਾਤਰ ਪਲਾਟ ਲੁਧਿਆਣਾ ਦੇ ਵਿੱਚ ਹਨ ਜਿੱਥੇ ਗਿਣਤੀ 22026 ਸੀ ਸਟੇਟ ਟੀਚਰ ਅਵਾਰਡ 2022 ਆਪ ਸਰਕਾਰ ਵੱਲੋਂ ਇਹਨਾਂ ਅਧਿਆਪਕਾਂ ਨੂੰ ਮਿਲਿਆ ਸਨਮਾਨ ਪੰਜਾਬ ਪੁਲਿਸ ਦੀ ਨਵੀਂ ਵਿਵਸਥਾ ਹਰੇਕ ਵਿੰਗ 'ਚੂ ਡੀਐਸਪੀ ਪੱਧਰ ਦੇ ਅਧਿਕਾਰੀ ਨੂੰ ਬਣਾਇਆ ਜਾਵੇਗਾ ਨੋਡਲ ਲਿਟਿਗੇਸ਼ਨ ਅਫਸਰ ਪੰਜਾਬ ਦੇ ਡੀਜੀਪੀ ਨੇ ਪੁਲਿਸ ਦੇ ਸਾਰੇ ਵਿੰਗਾਂ ਨੂੰ ਲਿਖਤੀ ਪੱਤਰ ਭੇਜ ਕੇ ਜਾਂਚ ਅਧਿਕਾਰੀਆਂ ਨੂੰ ਹਾਈ ਕੋਰਟ 'ਚ ਪੇਸ਼ ਹੋਣ ਦੀ ਪ੍ਰਥਾ ਨੂੰ ਰੋਕਣ ਦੀ ਪ੍ਰਣਾਲੀ ਲਾਗੂ ਕਰਨ ਦੇ ਹੁਕਮ ਦਿੱਤੇ ਨੇ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਸਪੈਸ਼ਲ ਟਾਸਕ ਫੋਰਸ ਮਹਾਲੀ ਏ ਡੀ ਜੀ ਪੀ ਇੰਟੈਲੀਜੈਂਸ ਏ ਡੀ ਜੀ ਪੀ ਮਨੁੱਖੀ ਸਰੋਤ ਵਿਕਾਸ ਤੇ ਡੀ ਜੀ ਪੀ ਐਨ ਆਰ ਆਈ ਅਫਸਰ ਡਾਇਰੈਕਟਰ ਪੰਜਾਬ ਪੁਲਿਸ ਅਕੈਡਮੀ ਫਲੋਰ ਸਾਰੇ ਪੁਲਿਸ ਕਮਿਸ਼ਨਰ ਪੰਜਾਬ ਸਾਰੇ ਰੇਂਜ ਇੰਸਪੈਕਟਰ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਸਾਰੇ ਜ਼ਿਲ੍ਹਿਆਂ ਦੇ ਐਸ ਐਸ ਪੀ ਤੇ ਹੋਰ ਮਿੰਗਾ ਨੂੰ ਕਿਹਾ ਹੈ ਕਿ ਏ ਸੀ ਪੀ ਡੀ ਐਸ ਪੀ ਪੱਧਰ ਤੱਕ ਦੇ ਅਧਿਕਾਰੀਆਂ ਨੂੰ ਨੋਡਲ ਲਿਟਿਗੇਸ਼ਨ ਅਫਸਰ ਬਣਾਇਆ ਜਾਵੇਗਾ ਸਕੂਲ ਵੈਨ 'ਚ ਜਵਾਕਾਂ ਦੀ ਹੋਈ ਲੜਾਈ ਦੋ ਪਰਿਵਾਰਾਂ 'ਚ ਖੂਨੀ ਸੰਘਰਸ਼ 'ਚ ਬਦਲੀ ਖਤਰਨਾਕ ਹਥਿਆਰਾਂ ਦੇ ਨਾਲ ਇੱਕ ਦੂਜੇ 'ਤੇ ਹਮਲਾ ਸਕੂਲ ਵੈਨ ਦੇ ਵਿੱਚ ਬੱਚਾਂ ਦੀ ਹੋਈ ਮਾਮੂਲੀ ਤਕਰਾਰੇ ਸੱਜ ਤੱਕ ਵੱਧ ਗਈ ਕਿ ਦੋ ਪਰਿਵਾਰਾਂ ਦੇ ਵਿੱਚ ਖੂਨੀ ਸੰਘਰਸ਼ 'ਚ ਬਦਲ ਗਈ ਉਹਨਾਂ ਦੇ ਨਾਲ ਹੀ ਪਰਿਵਾਰਾਂ ਨੇ ਇੱਕ ਦੂਜੇ ਦੇ ਖਤਰਨਾਕ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ ਇਸ ਸਬੰਧੀ ਥਾਣਾ ਲਖੋਕੇ ਬਹਿਰਾਮ ਪੁਲਿਸ ਨੇ 8 ਵਿਅਕਤੀਆਂ ਦੇ ਖਿਲਾਫ ਉਤਾਰਾ 307 324 323 148 ਤੇ 191 ਪੀਸੀ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਤੇ ਹਰੇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜੇ 8 ਤੇ ਦੋਸ਼ ਲੱਗਾ ਪਿੰਡ ਮਾਦੀ ਵਿਖੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਇੱਕ ਵਿਅਕਤੀ ਨੂੰ ਮਾਰ ਦੇਣ ਦੀ ਨੀਤ ਨਾਲ ਗੰਬੀਰ ਸੱਟਾਂ ਲਾ ਦਿੱਤੀਆਂ ਗਈਆਂ ਨੇ ਸਕੂਲ ਮੈਣ ਦੇ ਵਿੱਚ ਜਵਾਕਾਂ ਦੀ ਹੋਈ ਲੜਾਈ ਵੱਡਿਆਂ ਦੇ ਫਸਾਦ ਦੀ ਪਾਜਾ ਬਣ ਗਈ ਹੈ ਬਿਜਲੀ ਬਚਤਤਾ ਸਰਕਾਰ ਨੇ ਲੱਭਿਆ ਨਵਾਂ ਟਾਂਗੇ ਨਖਫਤਕਾਰਾਂ ਨੂੰ ਆਇਆ ਕਰੇਗਾ 1 ਮਹੀਨੇ ਦਾ ਬਿੱਲ 2 ਮਹੀਨਿਆਂ ਦਾ ਬਿੱਲ ਬਨਨ ਤੇ ਖਪਤ ਦਾ ਸੰਤੁਲਨ ਹੋਣ ਦੀਆਂ ਉਮੀਦਾਂ ਤੇ ਮੈਕਮੇ ਨੇ ਪਾਣੀ ਫੇਰ ਦਿੱਤਾ ਜੀ ਹੁਣ 7 ਕਿਲੋਵਾਟ ਤੇ ਇਸ ਤੋਂ ਵੱਧ ਵਾਲੇ ਖਪਤਕਾਰਾਂ ਨੂੰ 2 ਮਹੀਨਿਆਂ ਦੀ ਥਾਂ ਤੇ 1 ਮਹੀਨੇ ਦਾ ਬਿੱਲ ਆਇਆ ਕਰੇਗਾ ਇਸ ਦੇ ਨਾਲ ਸਰਕਾਰ ਨੂੰ ਵੱਡੇ ਪੱਧਰ ਤੇ ਲਾਭ ਹੋਵੇਗਾ ਖਪਤਕਾਰਾਂ ਨੂੰ ਹਰ ਮਹੀਨੇ ਆਪਣੀ ਖਪਤ ਤੇ ਸੰਤੁਲਨ ਰੱਖਣਾ ਪਵੇਗਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਹੋਈ ਖਰਾਬ ਪੀਜੀਆਈ ਚੋਂ ਕਰਵਾਇਆ ਗਿਆ ਭਰਤੀ ਸਿਹਤ ਠੀਕ ਨਹੀਂ ਹੈ ਜੀ ਪੀਜੀਆਈ ਚ ਹੁਣੇ-ਹੁਣੇ ਭਰਤੀ ਕਰਵਾ ਦਿੱਤਾ ਗਿਆ ਹੈ ਤੇ ਜਾਣਕਾਰੀ ਮੁਤਾਬਕ ਕੁਝ ਦਿਨਾਂ ਤੋਂ ਬੁਖਾਰ ਸੀ ਜਿਸ ਤੇ ਚੱਲਦੇ ਹਸਪਤਾਲਿਆਂ ਦਾ ਗਿਆ ਉਹਨਾਂ ਦੇ ਟੈਸਟ ਕਰਵਾਏ ਗਏ ਨੇ ਡਾਕਟਰ ਉਹਨਾਂ ਦੀ ਸਿਹਤ ਤੇ ਨਜ਼ਰ ਰੱਖ ਰਹੇ ਨੇ ਕੁਝ ਸਮਾਂ ਪਹਿਲਾਂ ਵੀ ਉਹਨਾਂ ਦੀ ਸਿਹਤ ਖਰਾਬ ਹੋ ਗਈ ਸੀ ਜਿੱਥੇ ਹਸਪਤਾਲ ਚ ਭਰਤੀ ਕਰਵਾਉਣਾ ਪਿਆ ਹਾਲੇ ਕੋਈ ਵੀ ਲੇਟੈਸਟ ਅਪਡੇਟ ਸਾਹਮਣੇ ਨਹੀਂ ਆਈ UGC ਨੇ ਜਾਰੀ ਕੀਤੀ ਨਵੀਂ ਗਾਈਡਲਾਈਨ ਇੱਕੋ ਸਮੇਂ ਦੋ ਕੋਰਸ ਕਰ ਸਕਣਗੇ ਵਿਦਿਆਰਥੀ ਦੇਸ਼ ਦੀਆਂ ਚ ਸਿੱਖਿਆ ਸੰਸਥਾਵਾਂ ਨੂੰ ਸਾਰੇ ਕੋਰਸ ਕੀਤੇ ਜਾ ਸਕਦੇ ਨੇ ਵਿਦਿਆਰਥੀਆਂ ਨੂੰ ਦਾਖਲ ਹੋਣ ਕੋਰਸ ਨੂੰ ਕਈ ਵਾਰ ਛੱਡਣ ਤੇ ਵਾਰ-ਵਾਰ ਉਸੇ ਕੋਰਸ ਦਾ ਅਧਿਾਨ ਕਰਨ ਦੀ ਆਜ਼ਾਦੀ ਹੋਵੇਗੀ ਵਿਦਿਆਰਥੀਆਂ ਲਈ ਕਈ ਤਰੀਕੇ ਰਾਹੀਂ ਕੋਰਸ ਪੂਰਾ ਕਰਨ ਦੇ ਯੋਗ ਹੋਣਗੇ ਜਿਵੇਂ ਕਿ ਕਲਾਸਰੂਮ ਫੇਸ ਟੂ ਫੇਸ ਸਟੱਡੀ ਦੇ ਨਾਲ ਡਿਸਟੈਂਸ ਲਰਨਿੰਗ ਆਨਲਾਈਨ ਚੋਂ ਆਪਣਾ ਕੋਰਸ ਪੂਰਾ ਕਰ ਸਕਦੇ ਨੇ ਤੁਸੀਂ ਦੂਰੇ ਕੋਰਸ ਵੀ ਕਰ ਸਕੋਗੇ ਯਾਨੀ ਇੱਕੋ ਸਮੇਂ ਵੱਧ ਦੋ ਵੱਧ ਕੋਰਸ ਕਰ ਸਕੋਗੇ ਹਰੇਕ ਸੰਸਥਾ ਵਿੱਚ ਵਿਦਿਆਰਥੀ ਲਈ ਓਰੀ ਅਟੈਂਸ਼ਨ ਅਤੇ ਕਾਉਂਸਲਿੰਗ ਦਾ ਪ੍ਰਬੰਧ ਕੀਤਾ ਜਾਵੇਗਾ ਡਿਪਲੋਮਾ 10 ਸਾਲ ਪੂਰੇ ਕਰਨ ਤੋਂ ਬਾਅਦ ਡਿਗਰੀ 4 ਸਾਲ ਪੂਰੇ ਕਰਨ ਤੋਂ ਬਾਅਦ ਆਨਰਸ ਦੀ ਡਿਗਰੀ ਦਿੱਤੀ ਜਾਵੇਗੀ। ਰਾਜਾ ਵੜਿੰਗ ਤੇ ਸੁਖਪਾਲ ਖੈਰਾ ਦੇ ਖਿਲਾਫ ਮੁਹਾਲੀ ਦੇ ਵਿੱਚ ਐਫਆਈਆਰ ਦਰਜ ਆਪ ਦੀ ਫਰਜੀ ਲਿਸਟ ਸ਼ੇਅਰ ਕਰਨ ਦਾ ਲੱਗਾ ਦੋਸ਼। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਖੈਰਾ ਦੇ ਖਿਲਾਫ ਮੁਹਾਲੀ ਦੇ ਫੇਸ ਇੱਕ ਥਾਣਾ ਚੋ ਮਾਮਲਾ ਦਰਜ ਕੀਤਾ ਗਿਆ ਇਹਨਾਂ ਦੋਵਾਂ ਅਗਵਾ ਤੇ ਦੋਸ਼ ਹੈ ਕਿ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਮ ਆਦਮੀ ਪਾਰਟੀ ਦੀ ਇੱਕ ਫਰਜ਼ੀ ਲਿਸਟ ਸ਼ੇਅਰ ਕੀਤੀ ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਅਜਿਹੀ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ ਆਮ ਆਦਮੀ ਪਾਰਟੀ ਦੀ ਮੈਲ ਆਗੂ ਪ੍ਰਭ ਜੂਤਕੌਰ ਦੀ ਸ਼ਿਕਾਇਤ ਤੇ ਮੁਹਾਲੀ ਦੇ ਫੇਜ਼ 1 ਥਾਣਾ 'ਚ ਦਰਜ ਕੀਤਾ ਗਿਆ ਹੈ ਉਹਨਾਂ ਨੇ ਟੈਕਨੋਲੋਜੀ ਐਕਟ 2000 ਦੀ 176 ਡੀ ਦੇ ਤਹਿਤ ਦਰਜ ਕਰਵਾਇਆ ਗਿਆ ਜੀ ਦਾਗਵਾ ਨੇ 2 ਸਤੰਬਰ ਨੂੰ ਟਵੀਟ ਕਰਕੇ ਇੱਕ ਸੂਚੀ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੈਟਰ ਹੈਡ ਤੇ ਸੀ ਤੇ ਜਿਸ ਦੇ ਥੱਲੇ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਦੇ ਦਸਤਖਤ ਹੈ ਦੋਸ਼ ਚ ਕਿ ਇਹ ਗਲਤ ਚਿੱਠੀ ਸ਼ੇਅਰ ਕਰਕੇ ਲੋਕਾਂ ਦੇ ਵਿੱਚ ਗਲਤ ਸਨਹਿਾ ਦਿੱਤਾ ਗਿਆ ਹੈ YouTube ਤੋਂ ਖਾਣਾ ਬਣਾਉਣਾ ਸਿੱਖ ਕੇ ਸ਼ੁਰੂ ਕੀਤਾ ਫੂਡ ਟਰੱਕ ਦਾ ਕਾਰੋਬਾਰ ਲੱਖਾਂ ਦੇ ਵਿੱਚ ਕਮਾਈ ਮੁਹੱਬਤਦੀਪ ਸਿੰਘ ਚੀਮਾ ਪੰਜਾਬ ਦੇ ਰਹਿਣ ਵਾਲੇ ਅਜਿਹੇ ਮਨੁੱਖ ਨੇ ਜਿਨ੍ਹਾਂ ਨੇ ਫੂਡ ਟਰੱਕ ਦਾ ਕਾਰੋਬਾਰ ਸ਼ੁਰੂ ਕਰਕੇ ਚੰਗਾ ਨਾਮ ਕਮਾਇਆ ਜੀ ਦੀਪ ਸਿੰਘ ਕਾफी ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਉਹ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟਿਆ ਲੋਕਾਂ ਨੂੰ ਕਾਮਯਾਬ ਹੋ ਕੇ ਵਿਖਾਇਆ ਉਸ ਦੇ ਸੰਘਰਸ਼ ਦੀ ਕਹਾਣੀ ਦੋਸਤੋ ਤੁਹਾਨੂੰ ਚੈਨਲ ਤੇ ਪਾਈ ਹੋਈ ਇੱਕ ਵੱਡੀ ਵੀਡੀਓ ਚ ਮਿਲ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਟੋਲ ਪਲਾਜ਼ੇ ਦੋ ਬੰਦ ਕਰਨ ਦਾ ਐਲਾਨ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਲੁਧਿਆਣਾ ਦੇ ਵਿੱਚ ਬਜ਼ੁਰਗ ਜੋੜੇ ਵੱਲੋਂ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ ਗਈ 1.5 ਕਰੋੜ ਦੀ ਕੋਠੀ ਲੁਧਿਆਣਾ ਦੇ ਵਿੱਚ ਇੱਕ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੀ ਗਈ ਖਬਰ ਹੈ ਦਾਨ ਦੇ ਵਿੱਚ ਜੋੜੇ ਨੇ ਆਪਣੀ ਕੋਠੀ ਦੇ ਦਿੱਤੀ ਹੈ ਜੋ ਕਿ 1.5 ਕਰੋੜ ਰੁਪਏ ਦੀ ਆਸ-ਪਾਸ ਦੇ ਲੋਕਾਂ ਨੂੰ ਦਾਨ ਦੀ ਖੂਬ ਚਰਚਾ ਹੋ ਰਹੀ ਹੈ। ਪਰਿਵਾਰ ਦੇ ਮੁਤਾਬਕ ਉਹਨਾਂ ਦੀ ਕੋਈ ਔਲਾਦ ਨਹੀਂ ਰਿਸ਼ਤੇਦਾਰਾਂ ਨੇ ਜ਼ਮੀਨ ਤੇ ਅੱਖ ਰੱਖੀ ਹੋਈ ਸੀ ਇਸ ਲਈ ਉਹਨਾਂ ਨੇ ਵੀਆਰਐਸ ਗੁਰਦੁਆਰਾ ਸਾਹਿਬ ਨੂੰ ਕੋਠੀ ਦਾਨ ਦਿੱਤੀ ਹੈ। ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਕਦਮ ਦੀ ਛਲਾਂਗਾ ਕੀਤੀ। ਕਮੇਟੀ ਦਾ ਕਹਿਣਾ ਹੈ ਕਿ ਇਸ ਥਾਂ ਤੇ ਡਿਸਪੈਂਸਰੀ ਖੋਲੀ ਜਾਵੇਗੀ। ਗੁਰਦਾਸਪੁਰ ਜੂ ਫੌਜ ਦੀ ਭਰਤੀ ਦੌਰਾਨ ਦੌੜ ਲਾਉਂਦਿਆਂ ਨੌਜਵਾਨ ਦੀ ਮੌਤ ਕਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਗੁਰਦਾਸਪੁਰ ਦੇ ਤੇ ਬੜੀ ਕੰਟ। ਤੂ ਫੌਸ ਦੀ ਅਗਨੀ ਵੀਰਾਂ ਦੀ ਭਰਤੀ ਦੌਰਾਨ ਦੌੜਦੇ ਸਮੇਂ ਚੱਕਰ ਆਉਣ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਉਸ ਦੀ ਪਰੇਸ਼ਾਨ ਜ਼ਿਲ੍ਹਾ ਪਠਾਨਕੋਟ ਦੇ ਅਧੀਨ ਪੈਂਦੇ ਥਾਣਾ ਤਾਰਾਗੜ ਦੇ ਪਿੰਡ ਅਜਤਾਨਾ ਦੇ ਅਸ਼ਵਨੀ ਕੁਮਾਰ ਵਜੋਂ ਹੋਈ ਉਸ ਦੀ ਮੌਤ ਨਾਲ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਕਾਲ ਤਖਤ ਰੱਖਿਆ ਪੁਲੇਖੇਪਾ ਨੂੰ ਆਪ ਆਗੂ ਦੀ ਪੋਸਟ ਤੇ ਕਰਦੇ ਵੜਿੰਗ ਨੇ ਕਿਹਾ ਬੀਜੇਪੀ ਤੋਂ ਡਰਦੀ ਆਪ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਦੀ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਪੁਲੇਖੇ ਪਾਉਨ ਨੂੰ ਦੱਸਿਆ ਗਿਆ ਵੜਿੰਗ ਨੇ ਆਪਣੇ ਉੱਪਰ ਦਰਜ ਕੇਸ ਨੂੰ ਲੈ ਕੇ ਪੋਸਟ ਨੂੰ ਲੈ ਕੇ ਸੁਖਪਾਲ ਖੈਰਾ ਤੱਕ ਇਸ ਦਰਜ ਕੀਤਾ ਗਿਆ ਜਿਵੇਂ ਬੀਜੇਪੀ ਨੇ ਵੀ ਪਾਇ ਪਰੰਤੂ ਆਮ ਆਦਮੀ ਪਾਜਪਾ ਤੋਂ ਡਰਦੀ ਹੈ ਜਿਸ ਕਾਰਨ ਉਸ ਦਾ ਵਿਰੋਧ ਨਹੀਂ ਕਰ ਰਹੇ ਸ਼੍ਰੋਮਣੀ ਕਮੇਟੀ ਨੂੰ ਕਰਾਂਗੇ ਸ਼ਿਕਾਇਤ ਉਹਨਾਂ ਨੇ ਕਿਹਾ ਆਮ ਆਦਮੀ ਪਾਰਟੀ ਦੀ ਪ੍ਰਭਜੋਤ ਕੌਰ ਨੇ ਉਸ ਦੇ ਵਿਰੁੱਧ ਕੇਸ ਦਰਜ ਕਰਵਾਇਆ ਹੈ ਜੀ 2017 ਦੇ ਵਿੱਚ ਖੁੱਦ ਅਕਾਲ ਤਖਤ ਸਾਹਿਬ ਦੇ ਲਈ ਕਾਟਿਆ ਸ਼ਬਦਾਵਲੀ ਉਹਨਾਂ ਨੇ ਵਰਤੀ ਸੀ ਪ੍ਰਭਜੋਤ ਕੌਰ ਦੀ ਪੋਸਟ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਦੋਸਤੋ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਖਸੈਣਾ ਨੇ ਜਾਰੀ ਕੀਤਾ ਸੀ ਹਿਸਾਬ ਕਿਤਾਬ ਅੰਕਿਤ ਸਖਸੈਣਾ ਤੇ ਐਫ ਆਈ ਆਰ ਕਰਨੀ ਬੰਦ ਦੀ ਆ ਤਾਂ ਫਿਰ ਉਸ ਦੇ ਵਿਰੁੱਧ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਗਈ ਪੀਐਮ ਕਿਸਾਨ ਦੀ ਯੋਜਨਾ ਬਾਰੇ ਆਇਆ ਵੱਡਾ ਅਪਡੇਟ ਇਸ ਦਿਨ 12ਵੀਂ ਕਿਸ਼ਤ ਜਾਰੀ ਕੀਤੀ ਜਾਵੇਗੀ ਜਿਹੜੀ 6000 ਰੁਪਏ ਕਿਸਾਨਾਂ ਦੇ ਖਾਤੇ ਦੇ ਵਿੱਚ ਜਿਹੜੀ ਆਉਂਦੇ ਆ ਸਾਲ ਚ 2-2000 ਕਰਕੇ 1 ਅਪ੍ਰੈਲ ਤੋਂ 31 ਜੁਲਾਈ ਦੇ ਵਿੱਚ ਪਹਿਲੀ ਕਿਸ਼ਤ ਦਿੱਤੀ ਗਈ ਸੀ 1 ਅਗਸਤ ਤੋਂ 3 ਨਵੰਬਰ ਤੱਕ ਦੂਜੀ ਦਿੱਤੀ ਗਈ ਸੀ ਤੇ ਹੁਣ 1 ਦਸੰਬਰ ਤੋਂ 31 ਮਾਰਚ ਦੇ ਵਿੱਚ ਤੀਜੀ ਕਿਸ਼ਤ ਕਿਸੇ ਸਮੇਂ ਵੀ ਦਿੱਤੀ ਜਾ ਸਕਦੀ ਹੈ ਡੇਰਾ ਬਿਆਸ ਦੇ ਸਮਰਥਕਾਂ ਦੇ ਨਿਹੰਗ ਸਿੰਘਾਂ ਵਿਚਾਲੇ ਜ਼ਬਰਦਸਤ ਚੜਪੇਟਾ ਰੌੜੇ ਚੱਲੇ ਮਾਹੌਲ ਤਣਾਪੂਰਨ ਬਿਆਸ ਦੇ ਵਿਕੇ ਡੇਰਾ ਦਾ ਸਵਾਮੀ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ਵਿੱਚ ਹੋਈ ਚੜਪਤੁਰਾਂ ਚੱਲੇ ਟਰੌੜਿਆਂ ਨੂੰ ਕਈ ਵਿਅਕਤੀ ਜ਼ਖਮ ਹੋ ਗਏ ਨੇ ਚੜਪਕਰਨ ਮਾਹੌਲ ਤਣਾਪੂਰਨ ਹੋ ਗਿਆ ਇਸ ਦਰਮਿਆਨ ਅਮਰਤਸਰ ਦਿਹਾਤੀ ਦੇ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਗਵਮਾਂ ਵਾਲੇ ਬਾਬੇ ਦੀ ਜ਼ਮੀਨ ਤੇ ਡੇਰਾ ਬਿਆਸ ਦੀ ਜ਼ਮੀਨ ਲੱਗਦੀ ਇਸ ਦੌਰਾਨ ਕੋਜ ਗਵਾਂ ਡੇਰੇ ਚੋਂ ਆ ਗਿਆ ਜਿਸ ਨੂੰ ਲੈ ਕੇ ਦੋਵਾਂ ਤਰ੍ਹਾਂ ਦੇ ਵਿੱਚ ਚੜਪ ਹੋ ਗਈ ਜੀ 4-5 ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਤੇ ਕਈ ਲੋਕ ਜ਼ਖਮੀ ਨੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਦੇ ਪੁੱਤ ਨੇ ਕੀਤੀ ਖੁਦਕੁਸ਼ੀ ਕਾਂਗਰਸ ਦੇ ਸਾਬਕਾ ਮੰਤਰੀ ਰਮੇਸ਼ ਦੱਤ ਦੇ ਪੁੱਤਰ ਨਰਿੰਦਰ ਸ਼ਰਮਾ ਨੇ ਬੁੱਧਵਾਰ ਨੂੰ ਫੋਹਾ ਲੇ ਖੁਦਕੁਸ਼ੀ ਕਰ ਲਈ ਹੈ ਨਰਿੰਦਰ ਸ਼ਰਮਾ ਚੰਡੀਗੜ੍ਹ ਦੇ ਸੈਕਟਰ 68 ਦੇ ਵਿੱਚ ਪਰਿਵਾਰ ਸਮੇਤ ਰਹਿ ਰਿਹਾ ਸੀ ਹਾਦਸੇ ਤੋਂ ਤੁਰੰਤ ਬਾਅਦ ਪਰਿਵਾਰ ਵਾਲੇ ਉਸ ਨੂੰ ਫੋਰਟਿਸਟ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਐਮਪੀ ਸਿਮਰਜੀਤ ਮਾਨ ਨੇ ਭੈਣ ਇੰਦਰਜੀਤ कौर ਦਾ ਦੇਹਾਂਤ ਲੋਕ ਸਭਾ ਸੰਸਦ ਮੈਂਬਰ ਸਿਮਰਨ ਸਿੰਘ ਮਾਨ ਦੇ ਨਾਲ ਜੁੜੀ ਹੋਈ ਬੱਡੀ ਦੁੱਖदाई ਖਬਰ ਆ ਰਹੀ ਹੈ ਜੀ ਉਹਨਾਂ ਦੇ ਪੈਣਿੰਦਰਜੀਤ ਕੌਰ ਦਾ ਦੇਹਾਂਤ ਹੋ ਗਿਆ ਉਹਨਾਂ ਦਾ ਸੰਸਕਾਰ ਸੈਕਟਰ 25 ਦੇ ਸ਼ਮਸ਼ਾਨ ਘਾੜ ਚ ਕੀਤਾ ਜਾਵੇਗਾ ਪੰਜਾਬ ਫਿਲਮੀ ਸਟਾਈਲ ਚ ਕਿਸਾਨ ਤੋਂ ਲੁੱਟੇ 25 ਲੱਖ ਇਨਕਮ ਟੈਕਸ ਅਧਿਕਾਰੀ ਬਣ ਕੇ ਆਏ ਲੁਟੇਰੇ ਸੋ ਵੱਡੀ ਖਬਰ ਹੈ ਜੀ ਫਿਲਮੀ ਸਟਾਈਲ ਦੇ ਵਿੱਚ 25 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸਵੇਰੇ 5 ਵਜੇ ਕਿਸਾਨ ਦੇ ਘਰ ਪਹੁੰਚੇ ਪਿਸਤੌਲ ਸੀ ਕਰਦੇ ਅੰਦਰ ਦਾਖਲ ਹੁੰਦੇ ਹੀ ਉਹਨਾਂ ਨੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਨੇ ਕਿਸਾਨ ਨੂੰ ਬੰਦੂਕ ਦੀ ਨੋਕ ਤੇ ਲੈ ਕੇ ਪੂਰੇ ਘਰ ਦੇ ਤਲਾਸ਼ੀ ਲਈ ਤੇ ਉਸ ਦੇ ਵਿੱਚ ਸਪੈਸ਼ਲ ਛਾਪੀ ਇੱਕ ਗਰੁੱਪ ਇਨਕਮ ਟੈਕਸ ਅਧਿਕਾਰੀ ਦਾ ਕਾਦੇ ਸੀਬੀਆਈ ਅਧਿਕਾਰੀ ਬਣ ਕੇ ਅਮੀਰਾਂ ਦੇ ਘਰਾਂ ਦੇ ਵਿੱਚ ਵੱੜਦਾ maal ਉੱਟ ਕੇ ਫਰਾਰ ਹੋ ਜਾਂਦਾ ਇਸ ਲੁੱਟ ਨੂੰ ਅਨਜਾਨ ਦਿੱਤਾ ਗਿਆ ਜੀ ਘਰ ਦੇ ਵਿੱਚ 25 ਲੱਖ ਰੁਪਏ ਸਨ ਜਿਸ ਨੂੰ ਲੈ ਕੇ ਲੁਟੇਰੇ ਫਰਾਰ ਹੋ ਗਏ ਆਸ ਕਿਸਾਨ ਨੇ ਆਪਣੀ ਜ਼ਮੀਨ ਵਿੱਚ ਹੀ ਸੀ ਜਿਸ ਦੀ ਪੇਮੈਂਟ ਉਸ ਦੇ ਘਰ ਪਈ ਸੀ ਪੇਮੈਂਟ ਉਸ ਨੇ ਅੱਗੇ ਨਾਂ ਵੀ ਜ਼ਮੀਨ ਖਰੀਦਣੀ ਸੀ ਪਰ ਐਤਵਾਰ ਤੜਕੇ ਇਹ ਕਹਾਣੀ ਵਾਪਰ ਗਈ ਗੁਰਦਾਸ ਮਾਨ ਕੰਢਕਲੇਰ ਸਮੇਂ ਅਨੇਕਾ ਕਲਾਕਾਰਾਂ ਨੇ ਗਾਈ ਸਾਈਆਂ ਦੀ ਮਹੰਬਾਸੋ ਵੱਡੀ ਖਬਰ ਹੈ ਜੀ ਨਕੋਦਰ ਤਵਾਰੀ ਅਜਿੱਥੇ ਮੁਰਾਦਾਂ ਦੀ ਰਹਿਮਤ ਬਾਬਾ ਮੁਰਾਦ ਸ਼ਾ ਦੇ 62ਵੇਂ ਉਰਸ ਤੇ ਸਿਕਰਾਂ ਨੂੰ ਛੋਂਦਾ ਹੋਇਆ ਸਮਾਪਤ ਹੋ ਗਿਆ ਜੀ ਬਾਬਾ ਮੁਰਾਦ ਸ਼ਾ ਨਕੋਦਰ ਵਿੱਚ ਦੋ ਦਿਨਾਂ ਮੇਲਾ ਡੇਰਾ ਬਾਬਾ ਮੁਰਾਦ ਸ਼ਾ ਟਰਸਟ ਦੇ ਚੇਅਰਮੈਨ ਤੇ ਪੰਜਾਬੀ ਗਾਇਕ ਗੁਰਦਾਸ ਮਾਨ ਟਰਸਟ ਮੈਂਬਰ ਅਤੇ ਲੱਗਦੀਆਂ ਸੰਗਤਾਂ ਦੀ ਅਗਵਾਈ ਵਿੱਚ ਚੱਲਿਆ ਪੀਜੀਆ ਨੇ ਵਧਾਇਆ ਪ੍ਰਾਈਵੇਟ ਕਮਰਿਆਂ ਦਾ ਪਾਸੋ ਵੱਡੀ ਖਬਰ ਹੈ 10 ਜਲ੍ਹਾਂ ਤੋਂ ਬਰਦਾਸ਼ਲ ਖੋਲੇਗੀ ਪੰਜਾਬ ਸਰਕਾਰ ਦੇ ਉੱਤੇ 25 ਤੋਂ 150 ਬਜ਼ੁਰਗਾਂ ਦੀ ਦੇਖਭਾਲ ਵਾਲੀ ਵਿਵਸਥਾ ਹੋਵੇਗੀ ਪੰਜਾਬੀ ਪਾਰੇ ਚਾਰੇ ਦੇ ਸੰਯੋਗ ਨਾਲ ਜ਼ਿੰਦਗੀ ਦਾ ਤੋਹਫ਼ਾ ਹਾਸਲ ਕਰਨ ਵਾਲਾ ਬੱਚਾ ਗੁਰਦੁਆਰਾ ਸਾਹਿਬ ਵਿੱਚ ਹੋਇਆ ਨਤਮਸਤਕ ਪੰਜਾਬੀ ਪਾਰੇ ਚਾਰੇ ਦੇ ਸੰਯੋਗ ਨਾਲ ਜ਼ਿੰਦਗੀ ਦਾ ਤੋਹਫ਼ਾ ਹਾਸਲ ਕਰਨ ਵਾਲਾ ਆਰੀਅਨ ਦਿਓਲ ਬੀਤੇ ਦਿਨੀ ਆਪਣੇ ਮਾਤਾ ਪਿਤਾ ਦੇ ਨਾਲ ਰਿਚਮੰਡ ਸਥਿਤ ਇੰਡੀਅਨ ਕਲਚਰ ਸੈਂਟਰ ਆਫ ਕੈਨੇਡਾ ਦੇ ਗੁਰਦੁਆਰਾ ਵਿੱਚ ਜਿਹੜਾ ਨਤਮਸਤਕ ਹੋਇਆ ਕੈਨੇਡਾ ਵਸਦੇ ਪੰਜਾਬੀ ਪੰਜਾਬ ਦੇ ਵਿਕਾਸ 'ਚ ਯੋਗਦਾਨ ਪਾਉਣ ਸੰਧਵਾ ਨੇ ਕੈਨੇਡਾ ਵਸਦੇ ਸ੍ਰੀ ਕੁਲਤਾਰ ਸੰਧਵਾ ਸਪੀਕਰ ਵਿਧਾਨ ਸਭਾ ਪੰਜਾਬ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਵੱਡਮੂਲਾ ਯੋਗਦਾਨ ਪਾਉਣ ਕੈਨੇਡਾ ਦੌਰੇ ਤੇ ਵੈਨਕੂਵਰ ਵਿਖੇ ਪੰਜਾਬੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪੰਜਾਬੀ ਦੁਨੀਆ ਭਰ ਚੋਂ ਜਿੱਥੇ ਗਏ ਨੇ ਆਪਣੇ ਸੁਭਾਅ ਤੇ ਸਖਤ ਮਿਹਨਤ ਕਰਕੇ ਉਹਨਾਂ ਨੇ ਵੱਖਰੀ ਪਛਾਣ ਬਣਾਈ ਹੈ ਗੁਰੂ ਨਾਨਕ ਦੇਵ ਜੀ ਦੇ ਹਸਪਤਾਲ ਦੇ ਮੁਲਾਜ਼ਮਾਂ ਦਾ ਕਾਰਨਾਮਾ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲ ਚੋਂ ਕਰਦੇ ਸੀ ਸ਼ਿਫਟ ਬਦਲੇ ਚ ਲੈਂਦੇ ਸੀ ਮੋਟੀ ਕਮਿਸ਼ਨ ਲਾਰੈਂਸ ਗਰੋ ਗਰੋ ਦੇ ਨਾਂ ਤੇ ਮੰਗੀ ਸੀ 50 ਲੱਖ ਰੁਪਏ ਦੀ ਫਰौती ਸੋ ਵੱਡੀ ਖਬਰ ਹੈ ਜੀ ਮੂਸੇ ਵਾਲਾ ਦਾ ਕਤਲ ਹੋਇਆ ਉਸ ਤੋਂ ਬਾਅਦ ਲਾਰੈਂਸ ਗਰੋ ਦੇ ਨਾਂ ਤੇ ਲੋਕਾਂ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤਾਜ਼ਾ ਮਾਮਲਾ ਗੁਰੂਗ੍ਰਾਮ ਤੋਂ ਸਾਹਮਣੇ ਆਇਆ ਜਿੱਥੇ ਲਾਰੈਂਸ ਗਰੋ ਦੇ ਨਾਮ ਤੋਂ ਇੱਕ ਕਿਸਾਨ ਕੋਲੋਂ 50 ਲੱਖ ਰੁਪਏ ਦੀ ਫਰौती ਮੰਗੀ ਗਈ ਹੈ ਰਾਹੁਲ ਗਾਂਧੀ ਦੇ ਅਗਵਾਹੀ ਚ ਮੰਗਿਆਈ ਨੂੰ ਲੈ ਕੇ ਹੱਲਾ ਬੋਲ ਰੈਲੀ ਕੱਢੇਗੀ ਕਾਂਗਰਸ ਸੋ ਵੱਡੀ ਖਬਰ ਹੈ ਟੈਂਡਰ ਕਪਲਾ ਜੀ 7 ਸਤੰਬਰ ਨੂੰ ਹੋਵੇਗੀ ਸਾਬਕਾ ਮੰਤਰੀ ਆਸ਼ੂ ਦੀ ਜਮਾਨਤ ਪਟੀਸ਼ਨ ਤੇ ਸੁਣਵਾਈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਸਪਾਰ ਦਾ ਮੇਲਾ ਦੇਖਣ ਗਏ ਪਰਿਵਾਰ ਦੇ ਕਰੋ 50 ਤੋਲੇ ਸੋਨਾ ਚੋਰੀ ਵਦੇ ਜਾਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਆਸਟ੍ਰੇਲੀਆ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਕੀਤਾ ਵੱਡਾ ਬਦਲਾਅ ਗਾਇਕ ਬੰਬਾ ਬੰਕੇ ਦਾ ਹੋਇਆ ਅੰਤ ਐਸ਼ਵਰੀਆ ਰਾਜ ਦੀ ਫਿਲਮ ਦੇ ਵਿੱਚ ਗਾਇਆ ਆਖਰੀ ਗੀਤ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਬਾਰੇ ਕੀ ਰੋਲਾ ਹੈ ਕਾਨੂੰਨ ਮੁਤਾਬਕ ਕਿਵੇਂ ਧਰਮ ਬਦਲਿਆ ਜਾ ਸਕਦਾ ਹੈ ਜੱਜਦਾਰ ਦਾ ਵੱਡਾ ਬਿਆਨ ਵਿਕਰਮ ਦਿઠਿਆ ਦਰਬਾਰ ਸਾਹਿਬ ਵਿਖੇ